जाने ना मेरा प्यार सची मुझे कर लो पहचाने ना कमलानी मेरा ढोलन माही कमलानी मेरा ढोलन माही दिल दिया तू खराब ही हो जाए ना तेरे फाइल मामा उन्होंने चंगा वही इंतकाम तो जोर से पी रहा नहीं मैंने चाचा नहीं कहना जाने ना मेरा प्यार सची मुझे कर लो पहचाने ना कमलानी मेरा ढोलन माही कमलानी मेरा ढोलन माही दिल दिया तू खराब ही हो जाए ना तेन खाई लवा दिल दिया जाने ना मेरा प्यार पहचाने ना कमलानी मेरा ढोलन माही कमलानी सफाई भी नहीं करते ऐसे कंधे बंदे ने सफाई भी आप ही करनी पैंदी भाई जान अस्सलाम वालेकुम वालेकुम अस्सलाम पीछे कोई मुसलमान नहीं मिलया मेरा शेर खान आ गए हो ਭੈਣ ਤੁਸੀਂ ਕੈਸੀ ਗੱਲ ਕਰ ਰਹੇ ਹੋ ਤੁਹਾਡੇ ਕੋਲ ਇੱਕ ਗਾਹਕ ਆਇਆ ਤੁਸੀਂ ਉਹਦੇ ਨਾਲ ਬਦਤਮੀਜ਼ੀ ਕਰ ਰਹੇ ਹੋ ਭੈਣ ਭਾਜੀ ਬਦਤਮੀਜ਼ੀ ਨਹੀਂ ਕਿਹੜੀ ਗੱਲ ਹੈ ਤੁਹਾਡੇ ਅਸੀਂ ਮੈਂ ਗੁਲਾਬਾਂ ਦੇ ਹਾਰ ਫੁੱਲਾਂ ਦੇ ਲੈ ਆਵਾਂ ਤੁਹਾਡੇ ਦੇ ਪਾ ਦਿਆਂ ਅਸੀਂ ਕਬਰਾਂ ਦੇ ਪਾਣੇ ਆ ਤੁਹਾਡੇ ਦੇ ਪਾ ਦਿੰਨੇ ਅਰੇ ਜੂਸ ਬਣਾ ਬਾਹਰ ਵੀ ਦੇ ਇੱਧਰ ਵੀ ਅੰਦਰ ਵੀ ਖਲ ਬੈਠੇ ਗਾਹਕ ਉਹਨਾਂ ਨੂੰ ਵੀ ਦੇ ਠੀਕ ਹੈ ਤੇਰੀ ਮਿਹਰਬਾਨੀ ਇਹਨੂੰ ਬੰਦ ਨਾ ਕਰਵਾ ਦੇ ਕਿਤੇ ਤੁਸੀਂ ਭਾਜੀ ਕਿੱਧਰ ਆਇਆ ਜਨਾਬ ਉਹ ਜਨਾਬ ਮੈਂ ਜੂਸ ਪੀਣ ਆਇਆ ਤੁਹਾਡੇ ਕੋਲ ਨਾ ਕੋਈ ਅੱਲਾ ਵਾਸਤੇ ਕੋਈ ਤੁਹਾਡੇ ਕੋਲ ਭੀਖ ਨਹੀਂ ਮੰਗਣ ਆਇਆ ਮੈਨੂੰ ਜੂਸ ਪਿਆਓ ਤੁਹਾਡੀ ਮਿਹਰਬਾਨੀ ਪਾਣ ਕਿਹੜਾ ਜੂਸ ਪੀਣਾ ਦੱਸੋ ਆਰਡਰ ਲਾਓ ਕਿਹੜਾ ਜੂਸ ਪੀਣਾ ਹਰ ਕਿਸਮ ਦਾ ਜੂਸ ਸਾਡੇ ਕੋਲ ਹੈਗਾ ਪਾਣ ਜਿਹੜਾ ਜਿਹੜਾ ਜੂਸ ਪਿਆ ਹੈ ਨਾ ਇਹਦੇ ਵਿੱਚੋਂ ਨਾ ਤੁਸੀਂ ਮੈਨੂੰ ਜਿਹੜਾ ਨਾ ਮੈਂਗੋ ਦਾ ਜੂਸ ਦੇ ਦਿਓ ਮਿਹਰਬਾਨੀ ਤੁਹਾਡੀ ਮੈਂ ਮੈਂਗੋ ਦਾ ਜੂਸ ਪੀਣਾ ਹੈ ਮੈਂਗੋ ਦਾ ਜੂਸ ਪੀਣਾ ਤੁਸੀਂ ਹੈ ਆ ਚਲੋ चीज मंगी थी मूह ना जिस तरह का सत्तू पी लो कुछ कंजी कच्ची लस्सी मैंगो का जूस पी ना कमाल है मैं भाई तुम पैसे देने ने मैं थोड़े को अल्लाह वास्ते तो नहीं पीन आया अल्लाह वास्ते पीना तो पिया देने मूँह यदि माल है पैसे जूस नहीं मिल सकता आया जनाब मैं जितों मर्जी आवा तेन ये की लगे मैं इतने लाहौर का बछिंदा वा लाहौर च रहना वा मैं क्या हाँ लाहौर लाहौर का बछिंदा वा लाहौर में रहना वा कि बोले लाहौर की बोली ही नहीं मालिक होके मेरे बदतमीज़ी कर रहा मैं जूस नहीं पीना मैं पीना ही नहीं जूस मैं भाई ना खानपुर कटोरे का रहने वाला हूं बड़ा घंटे का सफर है खानपुर कटोरा ओथो जूस पीने आया तू उसे और तेरा और फटे मुंह खानपुर कटोरे से जूस पीने आ गया ओथो कोई दुकान नहीं है कि तेनु उसे जूस देंगे ही नहीं बदतमीजी कर रहे हो और वध रहे हो तुसी नहीं भाई बात नहीं मैं इथे जड़ा है ना मैं स्टूडेंट हां ते मैं पढ़ना हां इथे ई मुंह कुछ पढ़ दे की पढ़ दे आई एम अ स्टूडेंट अंग्रेजी नहीं बोल रही थी भाई अंग्रेजी ना बोल मैं यहाँ पे पढ़ता हूँ भाई जान
उर्दू नहीं बोल मेरे सामने, तेरा मुंह नहीं उर्दू वाला, तेरे मुंह से तो लंघ पाई है बज के मेरे मुंह से पाई नहीं, मैं इस करके तू उर्दू नहीं बोल रही मेरे नाल। चाचा जी तुसी मैनू देना है जूस ते दियो, नहीं ते तुहाडी मेहरबानी। एक मिनट, सारियां गल्लां तेरी हो गई। चाचा मैं तेनू क्यों ना कहां, तेरी चाचा नहीं कहना, ये गल नहीं कहनी ना च किसी मेरे मुंह ते, ये समझ ला के मेरी खेच, ये तू नहीं कहना। ਤੁਸੀਂ ਸਾਡੇ ਖਾਨਪੁਰ ਕਟੋਰਾ ਦਾ ਵੀ ਕੋ ਕਰ ਦਿੱਤਾ ਤੇ 12 ਘੰਟੇ ਦਾ ਸਫ਼ਰ ਹੈ, ਅਸਲ ਤੁਸੀਂ ਕਹਿ ਦਿੱਤਾ ਕਿ ਇਹ ਜਿਹੜਾ ਮੂੰਹ ਹੈ ਇਹ ਲਿਖਿਆ ਪੜਿਆ ਲਿਖਿਆ ਮੂੰਹ ਹੀ ਨਹੀਂ ਹੈਗਾ। ਇਹ ਤੇ ਠੀਕ ਹੈ, ਇਹ ਸੱਚ ਗੱਲ, ਤੁਸੀਂ ਇੰਨੀਆਂ ਗੱਲਾਂ ਕਰ ਦਿੱਤੀਆਂ ਤੇ ਮੈਂ ਇੱਕ ਚਾਚਾ ਨਹੀਂ ਕਹਿ ਸਕਦਾ। ਇਹ ਗੱਲ ਕਹਿਣਾ ਕਿ ਮੈਂ ਪੜਿਆ ਲਿਖਿਆ, ਸਤ ਬਿਸਮਿਲ੍ਲਾ ਮੈਂ ਮੰਨ ਜਾਂਦਾ, ਤੂੰ ਕਹਿੰਦਾ ਖਾਨਪੁਰ ਕਟੋਰੇ ਤੋਂ ਜੂਸ ਪੀਣ ਆਇਆ ਮੈਂ ਤੈਨੂੰ ਪਿਆ ਦੂੰ, ਠੀਕ ਹੈ, ਤੂੰ ਕਹਿੰਦਾ ਮੈਂ ਲਾਹੌਰ ਦਾ ਰਹਿਸੀ, ਇਹ ਵੀ ਮੈਂ ਮੰਨ ਜਾਂਦਾ, ਮੈਨੂੰ ਚਾਚਾ ਨਹੀਂ ਕਹਿਣਾ। ਮਾਲ ਵਾਲੀ ਗੱਲ ਹੈ ਭਾਈ, ਮੈਂ ਚਾਚਾ ਮੈਂ ਤੁਹਾਨੂੰ ਨਹੀਂ ਕਹਿੰਦਾ, ਮੈਂ ਤੁਹਾਨੂੰ ਕਹਿ ਰਿਹਾ ਚਾਚਾ ਨਹੀਂ ਕਹਿੰਦਾ। ਵੇਖੋ ਹੁਣ ਤੁਸੀਂ ਨਾ ਮੈਂ ਹੱਥ ਚੁੱਕ ਰਹੇ ਹੋ, ਮੈਂ ਤੁਹਾਨੂੰ ਮੈਂ ਕਹਿ ਰਿਹਾ ਬਦਤਮੀਜ਼ੀ, ਹੱਥ ਵਾਲੀ ਬਦਤਮੀਜ਼ੀ ਨਹੀਂ, ਗਾਹਕ ਨਾਲ ਹੱਥ ਵਾਲੀ ਬਦਤਮੀਜ਼ੀ ਨਹੀਂ ਕਰੀ ਦੀ। ਆਹ ਕਾਦਾ ਤੂੰ ਮੈਨੂੰ ਗੰਦਿਆ ਕਰਨ ਰਿਹਾ ਮੁੰਡਿਆਂ ਦੇ ਸਾਹਮਣੇ, ਤੇਰੀ ਗੱਲ ਕਰ ਰਿਹਾ, ਬੜੇ ਤੇਰੇ ਮੁੰਡੇ ਅਮਲ ਕਰ ਰਹੇ ਨੇ, ਐ ਵੇਖ ਤੂੰ ਜਿਹੜਾ ਵੇਖ ਐ ਗਵਰਨਮੈਂਟ ਦੀ ਤੂੰ ਗੱਲ ਮੰਨ ਰਹੇ ਹੈ, ਹਕੂਮਤ ਦੀ ਤੂੰ ਗੱਲ ਮੰਨ ਰਿਹਾ, ਆਟੋ ਵੀ ਜਿਹੜੀ ਉਹਨਾਂ ਨੇ ਕਿਹਾ ਤੂੰ ਪਾ ਰਹੇ ਹੈ, ਤੇਰੇ ਮੁੰਡੇ ਕੋਈ ਮੁੰਡਾ ਵੀ ਨਹੀਂ ਵੇਖਿਆ ਕਿ ਇਹ ਜਿਹੜੀ ਸਬਸ ਟੋਪੀ ਹੈ ਜਾਂ ਇਹ ਕੋਈ ਗੱਲ ਤੇਰੀ ਮੰਨਦੇ ਹੋਣ। ਮੇਰੀ ਦੁਕਾਨ 'ਤੇ ਅੱਲਾ ਦੀ ਖਾਸ ਰਹਿਮਤ, ਇਨਸ਼ਾਅੱਲਾ 3 ਵਾਰੀ ਬੰਦ ਹੋਈ ਹੈ ਲੇਕਿਨ ਆ ਮੁੰਡਿਆਂ ਦੀ ਵਜ੍ਹਾ ਨਾਲ ਬੰਦ ਹੋਈ। ਉਹ ਕਿਸ ਤਰ੍ਹਾਂ, ਉਹ ਕਿਉਂ, ਮੈਂ ਸਾਰੇ ਇੰਤਜ਼ਾਮ ਜੋ ਹਕੂਮਤ ਕਹਿੰਦੀ ਨਾ ਕਰਨਾ, ਹਾਂ ਇਹ ਐਸੇ ਨਲਾਇਕ ਨੇ, ਇਹਨਾਂ ਨੂੰ ਕਹੋ ਨਾ ਟੋਪੀ ਪਾ, ਪੂਰੀ ਸ਼ਰਟ ਵੀ ਨਹੀਂ ਪਾਉਂਦੇ, ਬਲੈਨ ਪਾ ਕੇ ਜੂਸ ਬਣਾਈ ਜਾਂਦੇ, ਦਸ ਦੁਕਾਨ ਦੇ ਵਿੱਚ ਮੇਰੀ ਬੰਦ ਹੋ ਗਈ ਹੈ। ਨਹੀਂ ਚਾਚਾ ਗਲਤ ਗੱਲ ਹੈ, ਆ ਬਿਲਕੁਲ ਗਲਤ ਗੱਲ, ਨਾ ਕੀ ਦੱਸਿਆ ਜਨਾਬ ਨੇ ਆਪਣਾ, ਕੀ ਨਾਂ ਕਰਦਾ? ਵੈਸੇ ਇੱਕ ਗੱਲ ਕਰਾਂ, ਪਹਿਲੇ ਨਾਂ ਦੱਸ ਮੈਨੂੰ ਗੱਲ ਤੂੰ। ਚਾਚਾ ਜੀ ਲੱਖ ਲਾਣਾ ਤੇਰੇ ਤੇ, ਲੱਖ ਲਾਣਾ ਤੇਰੇ ਤੇ, ਗੱਲ ਸੁਣੋ, ਤੈਨੂੰ ਮੈਂ ਕਿਹਾ ਨਹੀਂ ਕਹਿਣਾ ਚਾਚਾ, ਫਿਰ ਤੂੰ ਬਕਵਾਸ ਕਰੀ ਜਾ ਰਹੇ, ਨਹੀਂ ਕਹਿਣਾ। ਜਨਾਬ ਤੁਸੀਂ ਇਹ ਦੱਸੋ ਤੁਹਾਡਾ ਨਾਮ ਕੀ ਹੈ? ਮਾਸ਼ਾਅੱਲਾ ਉਹ ਨਾਮ ਤੇ ਦੱਸੋ, ਮੈਂ ਵਜਾ ਤੁਹਾਨੂੰ ਨਾਂ ਕੀ ਦੱਸਾਂ, ਦੱਸੋ ਤਾਂ ਸਹੀ ਨਾ, ਜਿਹੜੇ ਤੁਹਾਡੇ ਪਾਲ ਦੇ ਨਾਮ ਤੇ ਚੜਨਾ, ਕੁਛ ਤੇ ਨਾਂ ਤੁਹਾਡਾ ਰੱਖਿਆ ਹੋਣਾ, ਕਿ ਇੰਜੀ ਨਾਂ ਤੋਂ ਬਗੈਰ ਨਾਂ ਦੱਸੋ। ਨਹੀਂ ਦੱਸਦਾ, ਦੱਸੋ ਨਾ, ਨਾਂ ਦੱਸੋ। ਮੈਂ ਜਦੋਂ ਤੁਹਾਨੂੰ ਕਹਿ ਦਿੱਤਾ ਜਨਾਬ, ਤੁਸੀਂ ਕਿਉਂ ਇੱਕ ਗੱਲ ਫੜ ਕੇ ਪੈ ਗਏ ਹੋ? ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਮੈਨੂੰ ਜੂਸ ਦਿਓ, ਮੈਂ ਜੂਸ ਪੀਵਾਂ ਤੇ ਮੈਂ ਜਾਵਾਂ, ਨਾਂ ਦੱਸੋ, ਨਾਂ ਦੱਸੋ। ਨਹੀਂ ਦੱਸਦਾ, ਜਦੋਂ ਤੁਸੀਂ ਪੈਦਾ ਹੋਏ, ਠੀਕ ਹੈ, ਹਾਂ ਪੈਦਾ ਹੋਏ, ਫਿਰ ਤੁਸੀਂ ਪੈਦਾ ਹੋਣ ਤੋਂ ਬਾਅਦ ਤੁਹਾਡੇ ਘਰ ਵਿੱਚ ਅਜ਼ਾਨ ਦਿੱਤੀ ਸੀ, ਮੁਸਲਮਾਨ ਹੋ ਨਾ ਜੀ, ਬਾਕੀ ਦਿਲ ਨਹੀਂ ਮੰਨਦਾ, ਚਲੋ ਤੁਸੀਂ ਕਹਿੰਦੇ ਤਾਂ ਮੈਂ ਮੰਨ ਲੈਣਾ, ਅਤੇ ਤੁਸੀਂ ਮੁਸਲਮਾਨ ਹੋ ਗਏ। ਮੁਸਲਮਾਨ ਆ ਭਾਈ, ਕਲਮਾ ਸੁਣ ਲੈ ਤੂੰ, ਕਿਸੇ ਨੂੰ ਕਹੋ ਕਿ ਮੰਨਣਾ ਉਹਨੇ ਕੋਈ, ਮੈਂ ਮੰਨ ਲੈਣਾ, ਠੀਕ ਹੈ, ਤੁਸੀਂ ਮੁਸਲਮਾਨ ਹੋਏ, ਤੁਹਾਡੇ ਵਾਲਦਿਆਂ ਨੇ ਕੋਈ ਨਾ ਕੋਈ ਤੁਹਾਡਾ ਨਾਂ ਰੱਖਿਆ, ਉਹ ਕੀ ਰੱਖਿਆ? ਤੁਹਾਡੀ ਜਨਮ ਪਰਚੀ ਦੇ ਪਤਾਇਸ਼ ਪਰਚੀ ਬਣਦੀ ਨਾ ਬੰਦੇ, ਉਹਦੇ ਕੋਈ ਨਾਂ ਲਿਖਿਆ, ਤੁਹਾਡੇ ਸ਼ਨਾਖਤੀ ਘਰ ਬਣਿਆ? ਹਾਂਜੀ, ਉਹਦੇ ਤੋਂ ਕੁਛ ਲਿਖਿਆ ਤੁਹਾਡੇ, ਤੁਹਾਡਾ ਨਾਂ, ਤੁਹਾਡੇ ਵਾਲਦ ਸਾਹਿਬ ਦਾ ਨਾਂ? ਹਾਂਜੀ, ਮੇਰੇ ਅੱਬੂ ਹੈਗੇ ਨੇ। ਹਾਂਜੀ ਕਿਹੜੇ? ਹਾਂ ਮੇਰੇ ਅੱਬੂ ਯਾਨੀ ਕਿ ਵਫਾਤ ਪਾ ਗਏ ਨੇ, ਮੇਰੇ ਵਾਲਦ ਸਾਹਿਬ ਹੈਗੇ ਸੀ। ਅੱਛਾ, ਵਫਾਤ ਪਾ ਗਏ? ਹਾਂ। ਤੇ ਕੰਮ ਕੀ ਕਰਦੇ ਸਨ? ਕਦੀ ਕੋਈ ਕੰਮ ਕਰ ਲੈਂਦੇ ਸੀ, ਕਦੀ ਕੋਈ ਕੰਮ ਕਰ ਲੈਂਦੇ ਸੀ। ਅੱਬੂ ਵਫਾਤ ਪਾ ਗਏ ਨੇ? ਹਾਂ। ਤੇ ਕਿੱਥੇ ਨੇ? ਉਹ ਭਾਈ ਤੂੰ ਪਾਗਲ ਹੈ, ਤੂੰ ਗਜਨੀ ਹੈ, ਤੇਰਾ ਦਿਮਾਗ ਖਰਾਬ ਹੈ, ਜਦੋਂ ਉਹ ਫੌਤ ਹੋ ਗਏ ਨੇ ਤੇ ਕਿੱਥੇ ਹੋਣੇ ਨੇ ਉਹ? ਅੱਬੂ ਤੇਰੇ ਫੌਤ ਹੋ ਗਏ ਨੇ? ਹਾਂ। ਤੇ ਕਿੱਥੇ ਨੇ ਯਾਰ? ਮੈਂ ਤੇਰੀ ਗੱਲ ਸੁਣ, ਮੇਰੀ ਗੱਲ ਸੁਣ, ਪਿਆਲੇ ਮੇਰੀ ਗੱਲ ਸੁਣ, ਮੂੰਹ ਐਂਦੇ ਜਿਸ ਤਰ੍ਹਾਂ ਪਿਆਲਾ ਨਹੀਂ ਹੁੰਦਾ, ਜਦੋਂ ਫੌਤ ਹੋ ਗਏ ਨੇ ਤੇ ਉਹਨਾਂ ਨੇ ਕਿੱਥੇ ਹੋਣਾ ਹੈ? ਯਾਰ ਮੈਨੂੰ ਇਸ ਗੱਲ ਦੀ ਸਮਝ ਆ ਗਈ, ਤੇਰੇ ਅੱਬੂ ਫੌਤ ਹੋ ਗਏ, ਠੀਕ ਹੈ, ਹਾਂ, ਤੇ ਕਿੱਥੇ ਨੇ ਯਾਰ? ਤੈਨੂੰ ਕਿਉਂ ਸਮਝ ਨਹੀਂ ਆ ਰਹੀ ਓਏ, ਤੈਨੂੰ ਕਿਉਂ ਸਮਝ ਨਹੀਂ ਆ ਰਹੀ ਉਹ ਪੁਰਾਣੇ ਦੌਰ ਦੀ ਵਰਦੀ ਪਾ ਕੇ ਤੇ ਗਵਰਨਮੈਂਟ ਸਕੂਲ ਦੇ ਤਾਲਿਬ ਇਲਮ, ਤੈਨੂੰ ਕਿਉਂ ਸਮਝ ਨਹੀਂ ਆ ਰਹੀ? ਤੁਸੀਂ ਕਦੀ ਬਰਗਰ ਖਾਧਾ? ਸਰ ਉਹ ਤਾਂ ਬਰਗਰ ਮੈਂ ਖਾਤਾ ਰਹਿਤਾ ਹੂੰ ਸਰ, ਬਰਗਰ ਦੇ ਉੱਤੇ ਪਿਆਜ਼ ਰੱਖਦੇ ਨੇ, ਰੱਖਦੇ ਨਾ ਪਿਆਜ਼ ਜਦੋਂ ਬਣਾਉਂਦੇ ਨੇ, ਬਿਲਕੁਲ, ਫਿਰ ਉਹਨੂੰ ਤੇ ਆਂਡਾ ਰੱਖਦੇ ਨੇ।
बिल्कुल ऐसे ही गल दसो जिनी तुहाडी उम्र लंघ गई है ते जिनी बकाया है अगो तुसी समझदा मैं कह रहा मैं तुहाडे चाचे का पुत्र हाँ तुहाडे मैं मामे का पुत्र हाँ तुहाडा मैं कजन हाँ तुसी मेरी बेइज्जती कर रहे हो नाल तुहाडी मुलाजिम भी मेरे ते हस रहे ने ਤੁਸੀਂ ਗਾਹਕ ਦੇ ਨਾਲ ਇਸ ਤਰ੍ਹਾਂ ਦਾ ਰਵਈਆ ਪੇਸ਼ ਕਰਦੇ ਹੋ ਗਾਹਕ ਯਾਰ ਤੁਸੀਂ ਪੀਣ ਆ ਗਿਆ ਯਾਰ ਮੈਨੂੰ ਤੇ ਪਰੇਸ਼ਾਨੀ ਇਹ ਕੀ ਕਰ ਪਾਇਆ ਬਰਗਰ ਖਾਦਾ ਜੀ ਖਾਦਾ ਮੂੰਹ ਤੇਰਾ ਚਪੇੜਾ ਖਾਣ ਵਾਲਾ ਹਾਦਾ ਪੰਜ ਤੁਸੀਂ ਨਾ ਹੱਥ ਤੋਂ ਜ਼ਿਆਦਾ ਬੇਇੱਜ਼ਤੀ ਕਰ ਰਹੇ ਹੋ ਕੀ ਖਾਦਾ ਤੁਸੀਂ ਮੈਂ ਤੇ ਪੰਜ ਪੀਜ਼ਾ ਇਸ ਗੱਲ ਨੂੰ ਪੀ ਜਾ ਪੀਜ਼ਾ ਤੂੰ ਮੇਰੇ ਕੋ ਬਰਗਰ ਨਹੀਂ ਬਰਦਾਸ਼ਤ ਹੋ ਰਿਹਾ ਤੂੰ ਵਿੱਚ ਪੀਜ਼ਾ ਪਾਉਂਦਾ ਉਹ ਤੇਰਾ ਮੂੰਹ ਹੈ ਪੀਜ਼ਾ ਖਾਣ ਵਾਲਾ मेरा नाम अच्छा तू खानपुर कटोरे दे तुसी रहन वाले जी बिल्कुल बिल्कुल यानी कि कटोरा तेरा नाम है कटोरा बर्तन इन टाइप दा नाम होना चाहिए तेरा ओहो हो पण तानू किस तरह पता चलया के मेरा नाम कटोरा यानी खालिद कटोरा तानू किस तरह पता लगया मुंह दे हिसाब नाल मैं हिसाब लाया कटोरा ना कीजे तेनु बर्तन कह लांगा गल नु कटोरा या बर्तन मेहरबानी तुसी मैनु जूस पिलाओ ते मैं जाना है ओ बच्चे कल्ले ने कार ते ना सुबह दी इज्जत ही करान दिया जूस मैंगो हाँ मैंगो केला सेब हाँ मीठा भी है हाँ स्ट्रॉबेरी भी है केला जूस उसकी मीठा दे देना केले का जूस सेब का जूस एप्पल इंग्लिश भी होंगे थोड़ी थोड़ी जी 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 शर्म नहीं होंगे हाँ है मीठे का जूस मीठा मीठा दे दे मीठा ऑलरेडी होंदा है मीठे का जूस दे दियो ये दा जूस मीठे का हूँ आया ना खान पर कटोरा मिठे का जूस दे दियो मिठे का मिठे का पीना हाँ मिठे का पीना अब लाते हैं पुत्र तेरे ने तीन चार बारी तो होला किरा मिठे का जूस पीना हाँ जी हाँ जी मिठे का जूस जी मैं पैसे देता हूँ वो खत्म हो गया कोई और पी लो जूस अब आप ऐसे करें फिर केले का जूस देते हैं वो भी मुक गया कोई और पी लो और पी लो और दसो मैं तो की दसा बाकी जड़ा मैं कहूंगा वो जूस मिल जाएगा कि वो भी नहीं मिलेगा दसो ना दसो वो आम वाला जूस उस तो लावा कोई दसो आम वाला जूस भी नहीं है वो खराब हो गया सारे आम मशीन चल रही है ते ऐ केदा जूस बना रहे हो तुसी जिन्होंने पैसे एडवांस दिए उन्होंने दा तुसी दसो और बता यानी मैं आज तुम्हें पैसे एडवांस दे के जावा है ते कल आके जूस पीवा कल नहीं परसों आके जूस पीना रश बड़ा लगा है पाइन इस टाइम एप्पल दा जूस दे दियो सेब दा जूस दे दियो मेरा कोई जूस ते पिया दियो जरा तू सेब देखया ना हां वो आखरी अल्लाह ने तुहानू नवाजिया रश बड़ा होंदा अल्लाह तुहानू दवे वेरी गुड महज जूस कॉर्नर जिंदाबाद पर ऐ वे कि ते ऐ ते गलत गल है ना जूस सुनो सारा तुहाडे से एक फ्लेवर पे आया अभी तुहानू मजे आ जाने ने नवा फ्लेवर आया नवा 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 सर वो प्या दियो सर जिन्ने पैसे कहोगे मैं दे दियांगा तो छड्डू फ्लेवर प्या नहीं छड्डू फ्लेवर ए की हुंदा है आ जेड़ा पी के ग्लासा में थोड़ा थोड़ा छड नहीं गया हां हां हुन ओही बचे हो छड्डू फ्लेवर ग्लास तुसी बदतमीजी कर रहे हो
चाचा जी तुम शर्म आनी चाहिए। चाचा जी मैं थोड़े को टुर के आया वा, मैं तुम पैसे देने वास्ते थोड़े को नहीं आया। मैं तुम चाचा क्यों नहीं कह रहा तुम्हें? तू मेरे चाचा लगना है लांत पाई है बाज के मेरे मुंह से पाई नहीं। मैं इस करके उर्दू नहीं बोल रही मेरे ना।